ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਜੀ ਆਪਣੇ ਯੂਟਿਊਬ ਚੈਨਲ 'ਤੇ। ਅੱਜ ਦੀ ਇਸ ਵੀਡੀਓ ਦੇ ਵਿੱਚ ਕੁਝ ਇੰਟਰਸਟਿੰਗ ਫੈਕਟਸ ਤੁਹਾਡੇ ਲਈ ਲੈ ਕੇ ਆਏ ਹਾਂ। ਆਸ ਕਰਦੇ ਹਾਂ ਕਿ ਵੀਡੀਓ ਤੁਹਾਨੂੰ ਪਸੰਦ ਆਊਗੀ ਅਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਵੇਖਿਓ। ਦੋਸਤੋ, ਜੂਨ 2001 ਵਿੱਚ ਇੰਗਲੈਂਡ ਦੀ ਰਹਿਣ ਵਾਲੀ ਲੌਰਾ ਬੈਕਸਟਨ ਨਾਂ ਦੀ ਇੱਕ ਲੜਕੀ ਨੇ ਇੱਕ ਗੈਂਸੀ ਭਗਾਨਾ ਛੱਡਿਆ, ਜਿਸ 'ਤੇ ਉਹਨੇ ਇੱਕ ਪਰਚੀ ਲਗਾਈ ਜਿਸ ਵਿੱਚ ਲਿਖਿਆ ਸੀ ਕਿ ਜਿਸ ਨੂੰ ਵੀ ਇਹ ਭਗਾਨਾ ਮਿਲੇ ਉਹ ਵਾਪਸ ਇਸ ਪਤੇ 'ਤੇ ਪਹੁੰਚਾ ਦੇਵੇ। ਤੇ ਉਸਨੇ ਦੋਸਤੋ ਆਪਣਾ ਪੂਰਾ ਐਡਰੈਸ ਉਸ ਪਰਚੀ ਦੇ ਉੱਤੇ ਲਿਖ ਦਿੱਤਾ ਤੇ ਇਹ ਭਗਾਨਾ ਦੋਸਤੋ ਪੂਰੇ 7 ਦਿਨਾਂ ਬਾਅਦ ਇੱਕ ਗਾਰਡਨ ਵਿੱਚ ਜਾ ਡਿੱਗਿਆ। ਉਸ ਘਰ ਦੇ ਮਾਲਕ ਨੇ ਉਸ ਪਰਚੀ ਤੋਂ ਪੜ੍ਹਿਆ ਕਿ ਇਹ ਭਗਾਨਾ ਵਾਪਸ ਕਰਨਾ ਹੈ। ਉਸ ਨੇ ਆਪਣੇ ਘਰ ਤੋਂ 4 ਘਰ ਛੱਡ ਕੇ ਰਹਿ ਰਹੀ ਬੈਕਸਟਰ ਫੈਮਿਲੀ ਦੇ ਨਾਲ ਗੱਲ ਕੀਤੀ ਜਿੱਥੇ ਇੱਕ ਲੜਕੀ ਲੌਰਾ ਬੈਕਸਟਰ ਰਹਿੰਦੀ ਸੀ। ਪਰ ਦੋਸਤੋ ਇਹ ਉਹ ਲੌਰਾ ਬੈਕਸਟਰ ਨਹੀਂ ਸੀ, ਇਹ ਉਸ ਤੋਂ 225 ਕਿਲੋਮੀਟਰ ਦੂਰ ਰਹਿਣ ਵਾਲੀ ਲੌਰਾ ਬੈਕਸਟਰ ਸੀ। ਜਦੋਂ ਦੋਸਤੋ ਉਹ ਉਸ ਲੌਰਾ ਬੈਕਸਟਰ ਦੇ ਕੋਲ ਗਏ ਤਾਂ ਸਭ ਵੇਖ ਕੇ ਹੈਰਾਨ ਹੋ ਗਏ, ਕਿਉਂਕਿ ਦੋਨਾਂ ਦੀ ਸੇਮ ਉਮਰ ਸੀ, ਦੋਨਾਂ ਦੀ ਸੇਮ ਹਾਈਟ ਸੀ ਤੇ ਦੋਨਾਂ ਨੇ ਸੇਮ ਕੱਪੜੇ ਪਾਏ ਹੋਏ ਸੀ ਤੇ ਦੋਨੋਂ ਹੀ ਆਪਣੇ ਮਾਤਾ ਪਿਤਾ ਦੀਆਂ ਇੱਕ ਲੌਤੀਆਂ ਲੜਕੀਆਂ ਸਨ। ਤੇ ਦੋਸਤੋ ਦੋਨਾਂ ਦੀਆਂ ਅੱਖਾਂ ਦਾ ਕਲਰ ਵੀ ਸੇਮ ਸੀ ਤੇ ਦੋਨਾਂ ਦੇ ਕੋਲ ਇੱਕ 3 ਸਾਲ ਦਾ ਕੁੱਤਾ ਸੀ ਤੇ ਗ੍ਰੇ ਕਲਰ ਦਾ ਖਰਗੋਸ਼ ਸੀ। ਸੋ ਦੋਸਤੋ ਹੈ ਨਾ ਕਮਾਲ ਦੀ ਗੱਲ ਕਿ ਇੱਕ ਭਗਾਨਾ ਦੋਨਾਂ ਨੂੰ ਕਿਵੇਂ ਜੋੜ ਸਕਦਾ ਹੈ। ਸੋ ਅੱਗੇ ਗੱਲ ਕਰਦੇ ਹਾਂ ਦੋਸਤੋ, 19ਵੀਂ ਸਦੀ ਦੇ ਵਿੱਚ ਇੱਕ ਨਾਵਲਕਾਰ ਨੇ ਆਪਣੀ ਨਾਵਲ ਦੇ ਵਿੱਚ ਲਿਖਿਆ ਕਿ ਇੱਕ ਓਪਨ ਸ਼ਿਪ ਜੋ ਕਿ ਸਮੁੰਦਰ ਦੇ ਵਿੱਚ ਗਵਾਚ ਗਿਆ ਤੇ ਉਸ ਦੇ ਵਿੱਚ 4 ਬੰਦੇ ਸਫ਼ਰ ਕਰ ਰਹੇ ਸੀ। ਦੋਸਤੋ ਤਿੰਨਾਂ ਬੰਦਿਆਂ ਨੇ ਭੁੱਖ ਲੱਗਣ ਕਾਰਨ ਚੌਥੇ ਬੰਦੇ ਨੂੰ ਖਾਣ ਬਾਰੇ ਸੋਚਿਆ, ਜਿਸ ਦਾ ਨਾਮ ਸੀ ਐਲਨ ਪਾਰਕਰ। ਪਰ ਉਸ ਤੋਂ ਕੁਝ ਸਾਲਾਂ ਬਾਅਦ 1984 ਵਿੱਚ ਮੇਗਨ ਮੈਟੋ ਨਾਂ ਦੇ ਸ਼ਿਪ ਵਿੱਚ ਬਿਲਕੁਲ ਇਸੇ ਤਰ੍ਹਾਂ ਹੋਇਆ। ਇਹ ਜਹਾਜ਼ ਰਸਤਾ ਭੁੱਲ ਗਿਆ ਸੀ, ਜਿਸ ਕਾਰਨ 3 ਮੈਂਬਰਾਂ ਨੇ ਚੌਥੇ ਮੈਂਬਰ ਨੂੰ ਭੁੱਖ ਕਾਰਨ ਖਾਣਾ ਚਾਹਿਆ, ਜਿਸ ਦਾ ਨਾਮ ਸੀ ਐਲਨ ਪਾਰਕਰ। ਸੋ ਅੱਗੇ ਗੱਲ ਕਰਦੇ ਹਾਂ ਦੋਸਤੋ ਕੈਪਟਨ ਐਲਨ ਫੋਲਵੀ ਦੀ, ਜੋ ਕਿ ਦੋਸਤੋ ਪੁਲਿਸ ਦੇ ਵਿੱਚ ਨੌਕਰੀ ਕਰਦੇ ਸੀ ਤੇ 1930 ਦੇ ਵਿੱਚ ਉਹਨਾਂ ਨੇ ਇੱਕ ਬਹੁਤ ਹੀ ਤੇਜ਼ ਜਾਣ ਵਾਲੇ ਟਰੱਕ ਦਾ ਪਿੱਛਾ ਕੀਤਾ ਤੇ ਦੋਸਤੋ ਟਰੱਕ ਡਰਾਈਵਰ ਨੇ ਅਚਾਨਕ ਮੋੜ ਤੇ ਜਾ ਕੇ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਐਲਨ ਫੋਲਵੀ ਦੀ ਮੋਟਰਸਾਈਕਲ ਸਿੱਧੀ ਜਾ ਕੇ ਟਰੱਕ ਦੇ ਨਾਲ ਟਕਰਾ ਗਈ ਤੇ ਦੋਸਤੋ ਐਕਸੀਡੈਂਟ ਦੇ ਕਾਰਨ ਉਸ ਦੀ ਲੱਤ ਦੀ ਨਸ ਫਟ ਗਈ ਤੇ ਦੋਸਤੋ ਉੱਥੋਂ ਲੰਘ ਰਹੇ ਇੱਕ ਇਨਸਾਨ ਨੇ ਆਪਣੀ ਗੱਡੀ ਰੋਕ ਕੇ ਕੈਪਟਨ ਦੀ ਲੱਤ ਨੂੰ ਕੱਸ ਕੇ ਇੱਕ ਪੱਟੀ ਦੇ ਨਾਲ ਬੰਨ੍ਹ ਦਿੱਤਾ ਤੇ ਉਸ ਤੋਂ ਬਾਅਦ ਕੈਪਟਨ ਨੂੰ ਹਸਪੀਟਲ ਪਹੁੰਚਾ ਦਿੱਤਾ ਤੇ ਕੈਪਟਨ ਦੇ ਹੋਸ਼ ਆਉਣ ਤੱਕ ਉਹ ਇਨਸਾਨ ਉਹਨਾਂ ਦੇ ਕੋਲ ਹੀ ਰਿਹਾ ਤੇ ਜੇਕਰ ਉਸ ਸਮੇਂ ਉਹ ਇਨਸਾਨ ਕੈਪਟਨ ਦੀ ਲੱਤ ਤੇ ਪੱਟੀ ਨਾ ਬੰਨ੍ਹਦਾ ਤਾਂ ਖੂਨ ਜ਼ਿਆਦਾ ਵਹਿਣ ਦੇ ਕਾਰਨ ਕੈਪਟਨ ਦੀ ਜਾਨ ਵੀ ਜਾ ਸਕਦੀ ਸੀ ਤੇ ਜਿਸ ਤੋਂ ਬਾਅਦ ਕੈਪਟਨ ਕਈ ਮਹੀਨੇ ਹਸਪੀਟਲ ਰਹਿਣ ਤੋਂ ਬਾਅਦ ਦੁਬਾਰਾ ਉਹਨਾਂ ਨੇ ਆਪਣੀ ਨੌਕਰੀ ਜੁਆਇਨ ਕਰ ਲਈ ਤੇ ਉਸ ਤੋਂ ਪੂਰੇ 5 ਸਾਲ ਬਾਅਦ ਜਦੋਂ ਕੈਪਟਨ ਨਾਈਟ ਡਿਊਟੀ ਤੇ ਸੀ ਤਾਂ ਉਹਨਾਂ ਨੂੰ ਵਾਇਰਲੈਸ ਤੇ ਇੱਕ ਮੈਸੇਜ ਆਇਆ ਕਿ ਉਹਨਾਂ ਦੇ ਲਾਗੇ ਕਿਤੇ ਐਕਸੀਡੈਂਟ ਹੋ ਗਿਆ ਹੈ ਤੇ ਜਦੋਂ ਕੈਪਟਨ ਵਾਰਦਾਤ ਵਾਲੀ ਜਗ੍ਹਾ ਤੇ ਪਹੁੰਚੇ ਤਾਂ ਉਹਨਾਂ ਨੇ ਵੇਖਿਆ ਕਿ ਉਸੇ ਹੀ ਇਨਸਾਨ ਦਾ ਐਕਸੀਡੈਂਟ ਹੋਇਆ ਹੈ ਜਿਸ ਨੇ ਕਿ ਦੋਸਤੋ 5 ਸਾਲ ਪਹਿਲਾਂ ਕੈਪਟਨ ਦੀ ਜਾਨ ਬਚਾਈ ਸੀ ਤੇ ਉਸ ਇਨਸਾਨ ਦੀ ਵੀ ਲੱਤ ਦੀ ਨਸ ਫਟ ਗਈ ਸੀ ਤੇ ਕੈਪਟਨ ਨੇ ਉਸ ਦੇ ਉੱਤੇ ਕੱਸ ਕੇ ਇੱਕ ਪੱਟੀ ਬੰਨ੍ਹ ਦਿੱਤੀ ਜਿਸ ਕਾਰਨ ਉਸ ਇਨਸਾਨ ਦੀ ਵੀ ਜਾਨ ਬਚ ਗਈ। ਹਾਂਜੀ ਦੋਸਤੋ, ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਹਾਂ ਤੇ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਤੁਹਾਨੂੰ ਇਹਦੇ ਵਿੱਚੋਂ ਕਿਹੜਾ ਫੈਕਟ ਸਭ ਤੋਂ ਵਧੀਆ ਲੱਗਿਆ ਉਹ ਵੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈੱਲ ਆਈਕਨ ਨੂੰ ਦੱਬ ਕੇ ਨੋਟੀਫਿਕੇਸ਼ਨ ਔਨ ਕਰ ਲਓ ਤੇ ਹਾਂ ਦੋਸਤੋ ਸਾਨੂੰ ਇੰਸਟਾਗ੍ਰਾਮ 'ਤੇ ਵੀ ਫੋਲੋ ਜ਼ਰੂਰ ਕਰ ਲਿਓ। ਸੋ ਬਹੁਤ ਬਹੁਤ ਧੰਨਵਾਦ ਦੋਸਤੋ ਵੀਡੀਓ ਨੂੰ ਵੇਖਣ ਦੇ ਲਈ।